ਕੰਮ ਕਰ ਰਹੇ ਹੋ ਇਹ ਵੀ ਅੱਲਾ ਸਵਾਰ ਨਾਲ ਇਹ ਜਿਹੜਾ ਅਸੀਂ ਹੁਣ ਤੱਕ ਸੁਣਿਆ ਸੁਣਾਇਆ ਇਹਦੀ ਹੈਸੀਅਤ ਪਤਾ ਕੀ ਹੈ ਸ਼ਰੀਅਤ ਦੇ ਅੰਦਰ ਇਹ ਜਦੋਂ ਅਸੀਂ ਦੁਆ ਕਰਾਂਗੇ ਨਾ ਅੱਲਾ ਤਾਲਾ ਜਬਰੀਲ ਅਲੈਹਿ ਸਲਾਮ ਨੂੰ ਭੇਜਣ ਜਬਰੀਲ ਅਲੈਹਿ ਸਲਾਮ ਨੂੰ ਹੁਕਮ ਹੋਏਗਾ ਆਏ ਜਬਰੀਲ ਅਲੈਹਿ ਸਲਾਮ ਜਿਸ ਬੰਦੇ ਵਾਸਤੇ ਇਹ ਜਿਹੜੀਆਂ ਨੇਕੀਆਂ ਜਮ੍ਹਾਂ ਹੋਈਆਂ ਨੇ ਇਹਨਾਂ ਨੂੰ ਜੰਨਤ ਦੇ ਦਸ਼ਤ ਦੇ ਅੰਦਰ ਥਾਲ ਦੇ ਅੰਦਰ ਰੱਖ ਲਓ ਇਹ ਨੂਰ ਬਣੇਗਾ ਸਭ ਕੁਝ ਯਾਨੀ ਤਿਲਾਵਤ ਨੂਰ ਬਣੇਗੀ ਨਾਤ ਨੂਰ ਬਣੇਗੀ ਬਿਆਨ ਨੂਰ ਬਣੇਗਾ ਜੋ ਖਾਣਾ ਤਕਸੀਮ ਹੋਏਗਾ ਉਹ ਵੀ ਨੂਰ ਬਣੇਗਾ ਅੱਛਾ ਇੱਥੇ ਇੱਕ ਮਸਲਾ ਵੀ ਮੈਂ ਦੱਸ ਦੇ ਬਹੁਤ ਸਾਰੇ ਦੋਸਤਾਂ ਦੇ ਜ਼ਿਹਨ ਦੇ ਅੰਦਰ ਇਹ ਖਲਿਸ਼ ਹੁੰਦੀ ਹੈ ਕਿ ਯਾਰ ਖਾਣਾ ਇੱਥੇ ਰਹਿ ਜਾਂਦਾ ਹੈ ਠੀਕ ਹੈ ਨਾ ਮੌਲਵੀ ਸਾਹਿਬਾਨ ਖਾ ਜਾਂਦੇ ਨੇ ਆਉਣ ਵਾਲੇ ਖਾ ਜਾਂਦੇ ਨੇ ਠੀਕ ਹੈ ਨਾ ਅਤੇ ਇਹ ਉਹ ਜਿਹੜੇ ਵਾਸਤੇ ਅਸੀਂ ਇਹ ਕੰਮ ਕੀਤਾ ਉੱਥੇ ਜਾਂਦਾ ਕੀ ਇਹ ਬੜੀ ਇੱਕ ਟੈਕਨੀਕਲ ਗੱਲ ਜ਼ਿਹਨ ਦੇ ਅੰਦਰ ਮਸਲਾ ਪਤਾ ਕੀ ਅੱਲਾ ਨੇ 18,000 ਜਹਾਨ ਬਣਾਏ ਨੇ ਕਿਤਨੇ ਜਹਾਨ ਬਣਾਏ ਨੇ 18,000 ਜਹਾਨ ਕਮੋ ਬੇਸ਼ ਬਣਾਏ ਉਹਨਾਂ ਜਹਾਨਾਂ ਦੇ ਵਿੱਚੋਂ ਇੱਕ ਇਹ ਜਹਾਨ ਨੇ ਦੁਨੀਆ ਜਿਹਦੇ ਅੰਦਰ ਅਸੀਂ ਰਹਿੰਦੇ ਇਹ ਇੱਕ ਜਹਾਨ ਨੇ ਇਹਦਾ ਨਾਮ ਦੁਨੀਆ ਇਸੇ ਤਰ੍ਹਾਂ 7 ਜਹਾਨ ਤੱਲੇ ਨੇ ਫਿਰ ਆਸਮਾਨ ਨੇ ਆਸਮਾਨ ਦੇ ਉੱਤੇ 7 ਜਹਾਨ ਨੇ ਯਾਨੀ ਹਰ ਆਸਮਾਨ ਇੱਕ ਜਹਾਨ ਨੇ ਹਰ ਦੁਨੀਆ ਇੱਕ ਜਹਾਨ ਹੈ ਹਰ ਜ਼ਮੀਨ ਇੱਕ ਜਹਾਨ